ਪੰਜਾਬ ਸਰਕਾਰ ਦੇ ਵੱਲੋਂ ਇੱਕ ਮੰਗ ਹੈ ਜਿਹੜੀ ਉਹ ਸੈਂਟਰ ਨੂੰ ਕੀਤੀ ਗਈ ਹੈ। ਕਹਿੰਦੇ ਸਾਡਾ ਜਿਹੜਾ ਕਰਜ਼ਾ ਹੈ ਉਹਦੇ 'ਚ 10,000 ਕਰੋੜ ਦਾ ਹੋਰ ਹੈ ਜਿਹੜਾ ਉਹ ਵਾਧਾ ਕਰ ਦਿਓ, ਯਾਨੀ ਕਿ ਜਿੰਨਾ ਕਰਜ਼ਾ ਸਾਡਾ ਪਹਿਲਾਂ ਉਹਦੇ ਨਾਲ ਸਾਡਾ ਸਰ ਨਹੀਂ ਰਿਹਾ। ਬਹੁਤ ਸਾਰੇ ਵਿਧਾਇਕ, ਖਾਸ ਕਰ ਵਿੱਤ ਮੰਤਰੀ ਸਾਹਿਬ, ਸਪੀਕਰ ਸਾਹਿਬ, ਇਹ ਤਾਂ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਮੈਂਬਰ ਸੀ ਅਤੇ ਇਹਨਾਂ ਨੂੰ ਭਲੀ ਭਾਂਤ ਪਤਾ ਸੀ ਕਿ ਪੰਜਾਬ ਦੇ ਖਜ਼ਾਨੇ ਦਾ ਹਾਲ ਕੀ ਹੈ। ਫਿਰ ਤੁਸੀਂ ਕੁਰਸੀ ਪ੍ਰਾਪਤੀ ਵਾਸਤੇ ਇਹ ਸਾਰੀਆਂ ਬੇਨਿਜ਼ਮੀਆਂ ਕਿਉਂ ਕੀਤੀਆਂ? ਅਰਵਿੰਦ ਕੇਜਰੀਵਾਲ ਵੀ ਇੱਥੇ ਆ ਕੇ ਕਹਿੰਦਾ ਸੀ, ਲਓ 20,000 ਕਰੋੜ ਅਸੀਂ ਫਲਾਨੀ ਥਾਂ ਤੋਂ ਲੈ ਆਉਣਾ ਹੈ, ਇੰਨਾ ਅਸੀਂ ਮਾਈਨਿੰਗ 'ਚੋਂ ਲੈ ਆਉਣਾ ਹੈ। ਜਿੰਨਾ ਇਹਨਾਂ ਨੇ 1 ਸਾਲ 'ਚ ਲਿਆਉਣ ਨੂੰ ਕਿਹਾ ਸੀ ਮਾਈਨਿੰਗ 'ਚੋਂ, ਮੇਰਾ ਖਿਆਲ ਇਹਨਾਂ ਤੋਂ 5 ਸਾਲ 'ਚ ਨਹੀਂ ਆਉਣਾ ਉਹਨਾਂ। ਕੋਈ ਚੰਗਾ ਸ਼ਾਸਕ ਉਹ ਹੁੰਦਾ, ਚੰਗਾ ਪਰਿਵਾਰ ਦਾ ਮੁਖੀ ਉਹ ਹੁੰਦਾ ਜਿਹੜਾ ਜੋ ਕੁਝ ਪੱਲੇ ਹੈ ਉਹਦੇ ਤੋਂ ਉਹ ਜਿਹੜਾ ਘਰ 'ਚ ਗੁਜ਼ਾਰਾ ਕਰੇ, ਘਰ 'ਚ ਲਾਵੇ। ਕਿੰਨਾ ਕੁ ਚਿਰ ਤੁਸੀਂ ਠੂਠਾ ਲੈ ਕੇ ਦੂਜਿਆਂ ਦੇ ਅੱਗੇ ਅੱਡਦੇ ਰਹੋਗੇ? ਪੰਜਾਬ ਸਰਕਾਰ ਦੇ ਵੱਲੋਂ ਇੱਕ ਮੰਗ ਹੈ ਜਿਹੜੀ ਉਹ ਸੈਂਟਰ ਨੂੰ ਕੀਤੀ ਗਈ ਹੈ। ਕਹਿੰਦੇ ਸਾਡਾ ਜਿਹੜਾ ਕਰਜ਼ਾ ਹੈ ਉਹਦੇ 'ਚ 10,000 ਕਰੋੜ ਦਾ ਹੋਰ ਹੈ ਜਿਹੜਾ ਉਹ ਵਾਧਾ ਕਰ ਦਿਓ, ਯਾਨੀ ਕਿ ਜਿੰਨਾ ਕਰਜ਼ਾ ਸਾਡਾ ਪਹਿਲਾਂ ਉਹਦੇ ਨਾਲ ਸਾਡਾ ਸਰ ਨਹੀਂ ਰਿਹਾ, ਸਾਡਾ ਕੁਝ ਬਣ ਨਹੀਂ ਰਿਹਾ, ਇਸ ਕਰਕੇ ਤੁਸੀਂ ਹੋਰ ਕਰਜ਼ਾ ਜਿਹੜਾ ਉਹ ਸਾਨੂੰ ਅਲਾਓ ਕਰੋ ਤਾਂ ਕਿ ਅਸੀਂ ਹੋਰ ਕਰਜ਼ਾ ਜਿਹੜਾ ਉਹ ਲੈ ਸਕੀਏ। ਸੋ ਇਹਦੇ ਬਾਰੇ ਜ਼ਰੂਰ ਵਿਸਥਾਰ ਨਾਲ ਗੱਲਬਾਤ ਦੱਸੋ। ਦੇਖੋ ਪ੍ਰਭ, ਸਰਕਾਰ ਨੇ ਆਪਣੀਆਂ ਨੀਤੀਆਂ ਦੇ ਹੱਥ ਖੜ੍ਹੇ ਆਪਣੇ ਆਪ ਹੀ ਕਰਤੇ ਕਿ ਅਸੀਂ ਫੈਸਲੇ ਪਹਿਲਾਂ ਗਲਤ ਲਏ। ਲੋਕ ਭਾਵਨਾ ਦੇ ਵਿੱਚ ਅਸੀਂ ਵੋਟਾਂ ਪ੍ਰਾਪਤੀ ਵਾਸਤੇ ਖਜ਼ਾਨੇ ਨੂੰ ਦੇਖਿਆ ਨਹੀਂ, ਉਹਨੂੰ ਚੱਟ ਕਰਤਾ, ਉਹਦੇ ਵਿੱਚ ਕੁਝ ਜਾਣ ਦੀ ਥਾਂ 'ਤੇ ਬਾਹਰ ਨਿਕਲਣਾ ਸ਼ੁਰੂ ਹੋਇਆ। ਕਰਜ਼ਾ ਸਿਰਫ ਅਤੇ ਸਿਰਫ ਕਰਜ਼ੇ ਦੇ ਸਿਰ 'ਤੇ ਇਹ ਸਾਰਾ ਕੁਝ ਚੱਲ ਰਿਹਾ। ਜਦੋਂ ਤੁਸੀਂ ਸੱਤਾ 'ਚ ਆ ਰਹੇ ਸੀ ਤੁਹਾਡੇ ਬਹੁਤ ਸਾਰੇ ਵਿਧਾਇਕ, ਖਾਸ ਕਰ ਵਿੱਤ ਮੰਤਰੀ ਸਾਹਿਬ, ਸਪੀਕਰ ਸਾਹਿਬ, ਇਹ ਤਾਂ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਮੈਂਬਰ ਸੀ ਅਤੇ ਇਹਨਾਂ ਨੂੰ ਭਲੀ ਭਾਂਤ ਪਤਾ ਸੀ ਕਿ ਪੰਜਾਬ ਦੇ ਖਜ਼ਾਨੇ ਦਾ ਹਾਲ ਕੀ ਹੈ। ਫਿਰ ਤੁਸੀਂ ਕੁਰਸੀ ਪ੍ਰਾਪਤੀ ਵਾਸਤੇ ਇਹ ਸਾਰੀਆਂ ਬੇਨਿਜ਼ਮੀਆਂ ਕਿਉਂ ਕੀਤੀਆਂ? ਤੁਸੀਂ ਉਸ ਵੇਲੇ ਇੱਕ ਗੱਲ ਕਹੀ ਸੀ, ਅਰਵਿੰਦ ਕੇਜਰੀਵਾਲ ਵੀ ਇੱਥੇ ਆ ਕੇ ਕਹਿੰਦਾ ਸੀ, ਲਓ 20,000 ਕਰੋੜ ਅਸੀਂ ਫਲਾਨੀ ਥਾਂ ਤੋਂ ਲੈ ਆਉਣਾ ਹੈ, ਇੰਨਾ ਅਸੀਂ ਮਾਈਨਿੰਗ 'ਚੋਂ ਲੈ ਆਉਣਾ ਹੈ। ਜਿੰਨਾ ਇਹਨਾਂ ਨੇ 1 ਸਾਲ 'ਚ ਲਿਆਉਣ ਨੂੰ ਕਿਹਾ ਸੀ ਮਾਈਨਿੰਗ 'ਚੋਂ, ਮੇਰਾ ਖਿਆਲ ਇਹਨਾਂ ਤੋਂ 5 ਸਾਲ 'ਚ ਨਹੀਂ ਆਉਣਾ ਉਹਨਾਂ। ਇਹਦਾ ਮਤਲਬ ਤੁਸੀਂ ਜੁਮਲੇ ਦਿਖਾਏ ਜਿਵੇਂ 15-15 ਲੱਖ ਤੁਹਾਡੇ ਖਾਤਿਆਂ 'ਚ, ਅੱਜ ਕੋਈ ਪ੍ਰਧਾਨ ਮੰਤਰੀ ਸਾਹਿਬ ਨੇ 14 'ਚ ਕਿਹਾ ਸੀ, ਜਦੋਂ ਬਾਅਦ ਦੇ ਵਿੱਚ ਘਿਰਦੇ ਨਜ਼ਰ ਆਏ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਉਹ ਤਾਂ ਇੱਕ ਚੋਣ ਜੁਮਲਾ ਸੀ। ਤੁਸੀਂ ਅੱਡੀਆਂ ਚੱਕ ਚੱਕ ਕੇ ਗੱਲਾਂ ਕੀਤੀਆਂ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਭਾਈ ਸਾਹਿਬ, ਫੂਸੀ ਮੰਡੇ ਨਹੀਂ ਪੱਕਦੇ ਹੁੰਦੇ, ਉਹਦੇ ਵਾਸਤੇ ਵੀ ਕੋਈ ਮੈਟੀਰੀਅਲ ਚਾਹੀਦਾ। ਅਤੇ ਤੁਸੀਂ ਹੁਣ ਕਹਿੰਦੇ ਜੀ 10,000 ਕਰੋੜ ਦੀ ਸਾਡੀ ਜਿਹੜੀ ਲਿਮਿਟ ਹੈ ਉਹ ਹੋਰ ਵਧਾ ਦਿੱਤੀ ਜਾਵੇ। ਇਹਨਾਂ ਦੀ ਜਿਹੜੀ 24-25 ਦੀ ਕਰਜ਼ਾ ਹੱਦ ਕੇਂਦਰ ਨੇ ਮਿਥਿਆ ਉਹ ਹੈ 30,464 ਕਰੋੜ। ਪਿਛਲੇ ਸਾਲ
ਜਿਹੜਾ ਵਿੱਤੀ ਵਰ੍ਹਾ ਸੀ 23-24 ਦਾ, ਉਦੋਂ ਇਹਨਾਂ ਦੀ ਕਰਜ਼ਾ ਲੈਣ ਦੀ ਹੱਦ ਸੀ 45,730 ਕਰੋੜ। ਜੀ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੀ ਵਾਰ ਕੇਂਦਰ ਨੇ 2,387 ਕਰੋੜ ਦੀ ਕਟੌਤੀ ਕਰਤੀ ਸੀ ਇਹਨਾਂ ਦੀ। ਜੋ ਕੁਝ ਤੁਹਾਡੇ ਕੋਲ ਹੈ, ਕੋਈ ਚੰਗਾ ਸ਼ਾਸਕ ਉਹ ਹੁੰਦਾ, ਚੰਗਾ ਪਰਿਵਾਰ ਦਾ ਮੁਖੀ ਉਹ ਹੁੰਦਾ ਜਿਹੜਾ ਜੋ ਕੁਝ ਪੱਲੇ ਹੈ ਉਹਦੇ ਤੋਂ ਉਹ ਜਿਹੜਾ ਘਰ 'ਚ ਗੁਜ਼ਾਰਾ ਕਰੇ, ਘਰ 'ਚ ਲਾਵੇ। ਕਿੰਨਾ ਕੁ ਚਿਰ ਤੁਸੀਂ ਠੂਠਾ ਲੈ ਕੇ ਦੂਜਿਆਂ ਦੇ ਅੱਗੇ ਅੱਡਦੇ ਰਹੋਗੇ ਜੀ? ਵਿਤਕਰਾ ਕੇਂਦਰ ਵਾਲੇ ਪੈਰ ਪੈਰ 'ਤੇ ਕਰਦੇ ਆ, ਤੁਸੀਂ ਠੂਠੇ ਲੈ ਲੈ। ਅਨਾਜ ਮੰਗਣ ਵਿਦੇਸ਼ਾਂ ਨੂੰ ਜਾਂਦੇ ਸੀ, ਇੱਕ ਕਣਕ ਆਉਂਦੀ ਸੀ ਜਿਹਦਾ ਅਸੀਂ PP18, ਉਹ ਇਸ ਕਿਸਮ ਦੀ ਲਾਲ ਜੀ ਕਣਕ ਹੁੰਦੀ ਸੀ ਕਿ ਜੇ ਰੋਟੀ ਸੁੱਕ ਗਈ ਨਾ ਤਾਂ ਪਲੇਟ ਬਣ ਜਾਂਦੀ ਸੀ, ਖਾਧੀ ਨਹੀਂ ਸੀ ਜਾਂਦੀ ਜੀ। ਤੁਹਾਨੂੰ ਆਤਮ ਨਿਰਭਰ ਬਣਾਤਾ ਪੰਜਾਬ ਨੇ, ਅਤੇ ਅੱਜ ਤੁਹਾਡੀਆਂ ਨਜ਼ਰਾਂ ਹੀ ਬਦਲ ਗਈਆਂ ਨੇ ਕੇਂਦਰ ਵਾਲਿਆਂ ਦੀਆਂ। ਅਤੇ ਸਰਕਾਰ ਕਹਿੰਦੀ ਹੈ ਕਿ ਸਾਨੂੰ ਜਿਹੜਾ 24-25 ਦਾ ਇਹਨਾਂ ਨੂੰ 30,464 ਕਰੋੜ ਇਹਨਾਂ ਨੂੰ ਟੋਟਲ ਲੈਣਾ। ਇਹ ਜੁਲਾਈ ਤੱਕ ਹੀ, ਅਪ੍ਰੈਲ ਮਈ ਜੂਨ ਜੁਲਾਈ 4 ਮਹੀਨਿਆਂ ਦੇ ਵਿੱਚ 13,099 ਕਰੋੜ ਉਹ ਚੋਂ ਲੈ ਵੀ ਚੁੱਕੇ ਨੇ, ਮਤਲਬ ਅੱਧੇ ਤੋਂ ਥੋੜ੍ਹਾ ਜਿਹਾ ਘੱਟ ਰਹਿ ਗਿਆ। ਹਾਂ, ਥੋੜ੍ਹਾ ਜਿਹਾ ਘੱਟ ਰਹਿ ਗਿਆ, ਅਜੇ 8 ਮਹੀਨੇ ਆਪਾਂ ਹੋਰ ਕੰਮ ਚਲਾਉਣਾ। ਸੋ ਹੁਣ ਇਹਨਾਂ ਨੇ ਲਿਖਤਾ, ਕਹਿੰਦੇ ਵਿੱਤ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਨੂੰ, ਕਹਿੰਦੇ ਜੇ ਉਹਨਾਂ ਨੇ ਕੁਛ ਸਾਡੀ ਬਾਹਣਾ ਫੜੀ ਫਿਰ ਅਸੀਂ ਪ੍ਰਧਾਨ ਮੰਤਰੀ ਕੋਲ ਜਾਵਾਂਗੇ। ਜਾਓ, ਤੁਹਾਡਾ ਹੱਕ ਹੈ ਜਾਣ ਦਾ, ਇਹ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜੀ। ਪਰ ਜਿਹੜੀਆਂ ਗੈਰ ਵਿਉਂਤਬੰਦੀਆਂ ਤੁਸੀਂ ਕੀਤੀਆਂ ਵੀ ਨੇ, ਪੁਰਾਣੀ ਕਹਾਵਤ ਹੈ ਪੰਜਾਬੀ ਦੀ, ਜਦੋਂ ਸੂਰਜ ਚੜ੍ਹਦਾ ਸਾਰਿਆਂ ਨੂੰ ਦੀਂਦਾ, ਈਵਨ ਨੇਤਰਹੀਣ ਵੀ ਉਹਦੀ ਗਰਮੀ ਮਹਿਸੂਸ ਕਰਕੇ ਲਾ ਲੈਂਦੇ ਆ ਕਿ ਸੂਰਜ ਚੜ੍ਹ ਗਿਆ ਜੀ। ਅਤੇ ਤੁਸੀਂ ਆ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਫੋਕੀਆਂ, ਜਿਨ੍ਹਾਂ ਦਾ ਇਸ ਵਾਰ ਦੇ ਵਿੱਚ ਰੋਲ ਕੋਈ ਨਹੀਂ, ਉਹ ਝੋਨੇ ਵਾਲਾ ਦੇ ਤਾ ਕਿ 7,000 ਰੁਪਇਆ ਏਕੜ ਦੇਵਾਂਗੇ 17,500 ਹੈਕਟੇਅਰ ਦਾ, ਅਤੇ ਕਦੋਂ ਦਿੱਤਾ ਇਸ਼ਤਿਹਾਰ? ਜੁਲਾਈ ਦੇ ਮਹੀਨੇ 'ਚ, ਜਦੋਂ ਸਾਰੇ ਪੰਜਾਬ 'ਚ ਝੋਨਾ ਲੱਗ ਚੁੱਕਿਆ ਸੀ ਜੀ। ਐਵੇਂ ਨਾ ਸਕੂਲਾਂ ਦਾ ਤੁਸੀਂ ਦੇ ਰਹੇ ਹੋ, ਉਹਦੀ ਉਦਾਹਰਣ ਦਿਓ ਕਿ ਆਹ ਸਕੂਲ ਨੇ, ਜਾ ਕੇ ਦੇਖੋ ਜਿਹਨੇ ਦੇਖਣਾ। ਪੁਰਾਣੀਆਂ ਚੀਜ਼ਾਂ ਦੀ ਲੀਪਾ ਪੋਚੀ ਕਰਕੇ ਇਹ ਨਾ ਕਰੋ, ਆਪਣੇ ਖਰਚੇ ਘਟਾਓ ਪਹਿਲਾਂ ਆਪਣੇ ਖਰਚੇ ਜੀ। ਕਹਿੰਦੇ ਸਥਿਤੀ ਇਹ ਹੈ, ਅੱਜ ਵਾਲੀ ਚਿੱਠੀ ਨੇ ਤਾਂ ਕਲੀਅਰ ਕਰਤਾ ਕਿ ਘਰ ਦਾਣੇ ਨਹੀਂ, ਮਾਂ ਪੀਣ ਗਈ ਵੀ ਹੈ। ਟਿੱਲੋ ਸਾਹਿਬ, ਆਪਣੇ ਸਿਆਣੇ ਬਜ਼ੁਰਗ ਇਹ ਵੀ ਕਹਿੰਦੇ ਵੀ ਓਨੇ ਹੀ ਪੈਰ ਪਸਾਰਨੇ ਚਾਹੀਦੇ ਆ ਜਿੱਡੀ ਕਿ ਤੁਹਾਡੇ ਕੋਲ ਚਾਦਰ ਹੈ। ਵੀ ਪੈਰ ਜ਼ਿਆਦਾ ਪਸਾਰ ਲਓ ਅਤੇ ਮੁੜ ਕੇ ਚਾਦਰ ਛੋਟੀ ਪੈ ਜੇ, ਪਰ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਇਹ ਕਹਾਵਤ ਹੈ ਜਿਹੜੀ ਉਹ ਸਮਝ ਆਈ ਨਹੀਂ ਜੀ। ਨਹੀਂ, ਬਿਲਕੁਲ ਠੀਕ ਹੈਗਾ, ਇਹਨਾਂ ਦਾ ਜਿਹੜੇ ਪੁਰਾਣੇ ਉਹ 99,337 ਕਰੋੜ ਆ ਜਿਹੜਾ ਇਹਨਾਂ ਨੇ ਵਾਪਸ ਕਰਨਾ ਹੁਣ ਤੱਕ। ਉਹ ਇੱਕ ਆ ਗਿਆ ਜਿਹੜਾ ਇਹਨਾਂ ਨੇ ਤਰਕ ਦਿੱਤਾ, 23,900 ਜਿਹੜਾ ਕਰੋੜ ਹੈ ਉਹ ਪੁਰਾਣਾ ਵਿਆਜ ਦੇਣਾ। ਅੱਛਾ ਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੰਨੇ ਮਾਮਲੇ ਦੇ ਵਿੱਚ ਜਦੋਂ ਸਰੀਰ 'ਤੇ ਤੁਪਕਾ ਨਾ ਰਿਹਾ
ਤੇ ਕੀ ਨਹਾਉਂਗੇ ਤੇ ਕੀ ਨਿਚੋੜੋਗੇ। ਬਿਲਕੁਲ। ਸੋ ਮਾਨ ਸਾਹਿਬ, ਤੁਸੀਂ ਆਪਦੇ ਸਲਾਹਕਾਰਾਂ ਦੀ ਟੀਮ ਦੇ ਵਿੱਚ ਕੁਝ ਅਰਥ ਸ਼ਾਸਤਰੀ, ਉੱਗੇ ਅਰਥ ਸ਼ਾਸਤਰੀ, ਜਿਨ੍ਹਾਂ ਦੇ ਮੈਂ ਬਹੁਤ ਦੇ ਨਾਂ ਲੈ ਸਕਦਾ ਹਾਂ, ਖਾਸ ਕਰ ਡਾਕਟਰ ਸੁੱਚਾ ਸਿੰਘ ਗਿੱਲ, ਡਾਕਟਰ ਸਰਦਾਰਾ ਸਿੰਘ ਜੌਲ, ਡਾਕਟਰ ਦਵਿੰਦਰ ਸ਼ਰਮਾ, ਡਾਕਟਰ ਰਣਜੀਤ ਸਿੰਘ ਘੁੰਮਨ, ਡਾਕਟਰ ਗਿਆਨ ਸਿੰਘ ਸਮੇਤ ਬਹੁਤ ਵੱਡੇ ਵੱਡੇ ਅਰਥ ਸ਼ਾਸਤਰੀ ਸਾਡੇ ਕੋਲ ਹੈ, ਜਿਨ੍ਹਾਂ ਨੂੰ ਇਹਦਾ ਅਰਥ ਸ਼ਾਸਤਰ ਦਾ ਬਹੁਤ ਭਾਰੀ ਗਿਆਨ ਹੈ। ਤੇ ਤੁਸੀਂ ਜਿਹੜਾ ਮਸ਼ਹੂਰੀਆਂ ਦੇ ਉੱਤੇ, ਫੋਕੀਆਂ ਮਸ਼ਹੂਰੀਆਂ ਦੇ ਉੱਤੇ ਜੀ, ਤਾਏ ਦੀ ਧੀ ਚੱਲੀ ਮੈਂ ਕਿਉਂ ਰਹਿ ਜਾ ਕੱਲੀ, ਇੱਕ ਉਹ ਕੇਜਰੀਵਾਲ ਨੇ ਨਾ, ਉਹ ਪਰਾਲੀ ਹੈ ਤਾਂ ਉੱਥੇ ਭੁਰਾ ਵੀ ਨਹੀਂ, ਆਪਣੇ ਇੱਕ ਪਿੰਡ 'ਚ ਨਹੀਂ ਹੈ ਜੀ। ਅਤੇ ਅਸੀਂ ਜੀ ਬਾਇਓਡੀਕੰਪੋਜ਼ਰ ਲੈ ਆਉਂਦਾ, ਬਾਇਓਡੀਕੰਪੋਜ਼ਰ ਤਾਂ ਸੀਗਾ ਪਤਾ ਜੀ 2 ਕਰੋੜ ਦਾ ਕਿ 4 ਕਰੋੜ ਦਾ, 20 ਕਰੋੜ ਰੁਪਇਆ ਮਸ਼ਹੂਰੀਆਂ 'ਤੇ ਲਾਤਾ। ਮਸ਼ਹੂਰੀਆਂ ਵਾਲੀ ਸਰਕਾਰ ਹੋ ਗਈ ਸਿੱਧੇ ਤੌਰ 'ਤੇ ਤਾਂ, ਬਸ 2 ਹੀ ਨੇ ਜਾਂ ਮਸ਼ਹੂਰੀਆਂ ਨੇ ਜਾਂ ਜੂਟਰ ਨੇ। ਸਾਲ ਦੇ ਵਿੱਚ ਜੋ ਅੰਕੜੇ ਅਖਬਾਰਾਂ 'ਚ ਸਾਹਮਣੇ ਆਏ ਨੇ, ਇਹਨਾਂ ਨੇ 7400 ਕਰੋੜ ਰੁਪਈਏ ਦਾ ਪੰਜਾਬ ਦੇ ਲੋਕਾਂ 'ਤੇ ਬੋਝ ਪਾਤਾ ਇਕੱਲਾ। ਜਿਹੜਾ ਕਲੈਕਟਰ ਰੇਟ ਦਾ ਵਾਧਾ 2000 ਕਰੋੜ ਉਹਦਾ ਹੈ ਜੀ, ਗ੍ਰੀਨ ਟੈਕਸ ਲਾਤਾ 100 ਕਰੋੜ ਉਹਦਾ ਹੈ, ਆਹ ਤਾਜ਼ਾ ਹੀ ਬਿਜਲੀ ਸਬਸਿਡੀ 3 ਰੁਪਏ ਦੀ ਖਤਮ ਕਰਤੀ, ਅਤੇ ਦੂਜੇ ਤੌਰ 'ਤੇ ਉੱਤੇ ਜਿਹੜੀਆਂ ਸਕੀਮਾਂ ਤੁਹਾਨੂੰ ਅੱਜ ਯਾਦ ਆਈਆਂ ਨੇ ਕਿ ਜੀ ਉਹ ਕਟੌਤੀ ਕਾਹਦੇ ਵਾਸਤੇ ਦੇ ਰਹੀਆਂ, ਜੋ 300 ਕੁ ਯੂਨਿਟ ਤੁਹਾਨੂੰ ਦਿੱਤਾ ਜਾ ਰਿਹਾ ਹੈ, ਮੈਨੂੰ ਐਂ ਦੱਸੋ ਕਿ ਇਹ ਮੰਗਿਆ ਕਿਹਨੇ ਸੀ। 96 ਤੋਂ ਇਹ ਮੁਕਤਖੋਰੀ ਸ਼ੁਰੂ ਹੋਈ ਹੈ, ਅਤੇ ਬਿਜਲੀ ਬੋਰਡ ਦਾ ਪੱਠਾ ਵਹਾਉਣ ਦੇ ਵਿੱਚ ਇਹਨਾਂ ਰਾਜਸੀ ਲੋਕਾਂ ਨੇ ਕਸਰ ਨਹੀਂ ਛੱਡੀ ਜੀ। ਦੂਜੀ ਬਿਜਲੀ ਚੋਰੀ ਬਹੁਤ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।